ਪੁਲਿਸ ਪ੍ਰਸ਼ਾਸਨ ਨਹੀਂ ਸੁਣਦੇ ਸੁਣਦੇ ਜੀ, ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਹੈ ਜੀ। ਉਹਨਾਂ ਦੇ ਕੋਲ 5-6 ਵਾਰੀ ਆਇਆ ਹੈ, ਰੋਜ਼ ਜਾਂਦੇ ਹਾਂ, ਰੋਜ਼ ਜਾਂਦੇ ਹਾਂ, ਕੋਈ ਸੁਣਾਈ ਨਹੀਂ ਹੁੰਦੀ ਜੀ। ਚੋਰਾਂ ਦਾ ਬਹਿ ਜੇ ਬੇੜਾ ਅਤੇ ਚੋਰਾਂ ਦਾ ਕੱਖ ਨਾ ਰਹੇ, ਇਸ ਤਰ੍ਹਾਂ ਦੀਆਂ ਦੁਰਸੀਸਾਂ ਉੱਠਦੇ ਬਹਿੰਦੇ ਅਤੇ ਹਰੇਕ ਸਾਹ ਦੇ ਨਾਲ ਇਹ ਇਨਸਾਨ ਚੋਰਾਂ ਨੂੰ ਦੇ ਰਿਹਾ, ਕਿਉਂਕਿ ਇਸ ਇਨਸਾਨ ਦੇ ਨਾਲ ਚੋਰਾਂ ਨੇ ਬਹੁਤ ਹੀ ਜ਼ਿਆਦਾ ਧੱਕਾ ਕੀਤਾ। ਅਤੇ ਇਸ ਇਨਸਾਨ ਦਾ ਨਾਂ ਹੈਗਾ ਜੀ ਬਲਵੀਰ ਸਿੰਘ ਬੀਰੂ, ਅਤੇ ਜ਼ਿਲ੍ਹਾ ਜਲੰਧਰ ਦੇ ਪਿੰਡ ਜਮਸ਼ੇਰ ਖਾਸ ਦਾ ਰਹਿਣ ਵਾਲਾ ਆ। ਬੀਰੂ ਦੇ ਨਾਲ ਇੱਕ ਘਟਨਾ ਵਾਪਰਦੀ ਆ, ਜਿਸ ਘਟਨਾ ਬਾਰੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਦਰਅਸਲ ਬੀਰੂ ਦੇ ਕੋਲ ਰੁਜ਼ਗਾਰ ਦਾ ਇੱਕੋ ਇੱਕ ਸਾਧਨ ਸੀ, ਬੀਰੂ ਦੇ ਕੋਲ ਬੀਰੂ ਦੀਆਂ ਬੱਕਰੀਆਂ। ਅਤੇ ਬੀਰੂ ਦੇ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਆ। ਬੀਰੂ ਕੁਛ ਦਿਨ ਪਹਿਲਾਂ ਬੱਕਰੀਆਂ ਨੂੰ ਚਾਰਨ ਗਿਆ ਹੋਇਆ ਸੀ, ਅਤੇ ਚੋਰਾਂ ਨੇ ਆ ਕੇ ਪਹਿਲਾਂ ਬੀਰੂ ਦਾ ਹਾਲ ਚਾਲ ਪੁੱਛਿਆ, ਅਤੇ ਫਿਰ ਬੀਰੂ ਨੂੰ ਬੰਨ ਲਿਆ। ਅਤੇ ਬੀਰੂ ਨੂੰ ਬੰਨ ਕੇ ਬਾਅਦ ਵਿੱਚ ਬੀਰੂ ਦੀਆਂ ਸਾਰੀਆਂ ਬੱਕਰੀਆਂ ਚੋਰੀ ਕਰਕੇ ਲੈ ਗਏ, ਅਤੇ ਬੀਰੂ ਦੇ ਅੱਖਾਂ 'ਤੇ ਪੱਟੀ ਬੰਨ ਦਿੱਤੀ, ਅਤੇ ਮੂੰਹ ਦੇ ਵਿੱਚ ਵੀ ਕੱਪੜਾ ਦੇ ਦਿੱਤਾ। ਬੀਰੂ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਬੱਕਰੀਆਂ ਉਹ ਕਿੱਧਰ ਨੂੰ ਲੈ ਗਿਆ। ਇਹਨੂੰ ਖੇਤਾਂ ਦੇ ਵਿੱਚ ਬੀਆਬਾਨ ਦੇ ਵਿੱਚ ਹੀ ਬੰਨ ਕੇ ਬੱਕਰੀਆਂ ਬੀਰੂ ਦੀਆਂ ਸਾਰੀਆਂ ਦੀਆਂ ਸਾਰੀਆਂ ਬੱਕਰੀਆਂ ਲੈ ਗਏ। ਚੋਰਾਂ ਨੂੰ ਵੀ ਬੇਨਤੀ ਆ ਕਿ ਯਾਰ ਇੱਦਾਂ ਦੇ ਗਰੀਬ ਦੀਆਂ ਕਿਉਂ ਦੁਰਸੀਸਾਂ ਲੈਂਦੇ ਆ। ਵੀਡੀਓ ਦੇਖਣ ਵਾਲਿਆਂ ਨੂੰ ਵੀ ਬੇਨਤੀ ਆ, ਸ਼ੇਅਰ ਕਰ ਦਿਓ ਤਾਂ ਕਿ ਚੋਰਾਂ ਤੱਕ ਵੀ ਇਹ ਵੀਡੀਓ ਪਹੁੰਚ ਜਾਵੇ, ਇੱਦਾਂ ਦੇ ਗਰੀਬ ਦੀਆਂ ਕਿਉਂ ਦੁਰਸੀਸਾਂ ਲੈਂਦੇ ਆ ਚੋਰੀ ਕਰਨ ਵਾਲਿਓ। ਸ਼ਰਮ ਕਰੋ ਯਾਰ ਤੁਸੀਂ ਵੀ। ਵੀਡੀਓ ਦੇਖਣ ਵਾਲਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਵੀਡੀਓ ਚੋਰਾਂ ਤੱਕ ਵੀ ਪਹੁੰਚ ਜਾਵੇ, ਅਤੇ ਉਹਨਾਂ ਨੂੰ ਵੀ ਸ਼ਰਮ ਆਵੇ, ਕਿਉਂਕਿ ਬੀਰੂ ਦੇ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਆ। ਇਸੇ ਘਰ ਵਿੱਚ ਬੀਰੂ ਆਪ ਰਹਿੰਦਾ ਸੀ, ਅਤੇ ਇਸੇ ਘਰ ਵਿੱਚ ਬੱਕਰੀਆਂ ਰੱਖਦਾ ਸੀ, ਅਤੇ ਬੀਰੂ ਦੇ ਟੱਬਰ ਦੇ ਵਿੱਚ ਹੋਰ ਕੋਈ ਵੀ ਨਹੀਂ ਆ, ਵੀ ਨਾ ਬੀਰੂ ਦਾ ਮਾਂ ਬਾਪ ਆ, ਨਾ ਹੀ ਕੋਈ ਭੈਣ ਭਰਾ। ਬੀਰੂ ਇਕੱਲਾ ਹੀ ਇਸ ਜਗ੍ਹਾ 'ਤੇ ਰਹਿੰਦਾ ਆ, ਪਿੰਡ ਜਮਸ਼ੇਰ ਦੇ ਵਿੱਚ। ਅਤੇ ਬੀਰੂ ਐੱਫ ਆਈ ਆਰ ਕਰਾਉਣ ਲਈ ਥਾਣੇ ਵੀ ਗਿਆ, ਬਟ ਥਾਣੇ ਵੀ ਕਹਿੰਦਾ ਕੋਈ ਸੁਣਵਾਈ ਨਹੀਂ ਹੁੰਦੀ। ਉਹ ਆਪਾਂ ਨੂੰ ਪਤਾ ਹੀ ਆ ਕਿ ਇੱਕ ਮਾਤੜ ਬੰਦੇ ਦੀ ਸਰਕਾਰੀ ਅਦਾਰਿਆਂ 'ਚ ਕਿੰਨੀ ਕੁ ਸੁਣਵਾਈ ਹੁੰਦੀ ਆ। ਅਤੇ ਬੀਰੂ ਦੇ ਨਾਲ ਇੱਕ ਸਾਰੀ ਘਟਨਾ ਕਿਵੇਂ ਹੋਈ ਆ, ਅਤੇ ਬੀਰੂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ, ਅਤੇ ਬੀਰੂ ਤੋਂ ਜਾਣਦੇ ਹਾਂ ਸਾਰੀ ਘਟਨਾ ਦਾ ਹਾਲ। ਹਾਂਜੀ, ਕੀ ਨਾਮ ਕੀ ਆ ਜੀ ਤੁਹਾਡਾ? ਬਲਵੀਰ ਸਿੰਘ ਜੀ। ਬਲਵੀਰ ਜੀ, ਕਿਵੇਂ ਵਾਪਰ ਗਈ ਤੁਹਾਡੇ ਨਾਲ ਇਹ ਸਾਰੀ ਘਟਨਾ? ਘਟਨਾ ਕੀ ਘਟਨੀ ਆ ਜੀ, ਜਦੋਂ ਮਾੜੇ ਟਾਈਮ ਆਉਂਦੇ ਆ ਕੋਈ ਪਤਾ ਨਹੀਂ ਲੱਗਦਾ ਜੀ, ਬੱਕਰੀਆਂ ਚਾਰਨ ਗਿਆ ਸੀ, ਉਹ ਤੋਂ ਬੱਕਰੀਆਂ ਲੈ ਗਿਆ ਕੁੱਟ ਮਾਰ ਕੇ ਜੀ। ਜਦੋਂ ਵੀ ਦੇਖਦੇ ਮੁੜ ਕੇ ਕੌਣ ਦੇਖਦਾ ਦੁਖਦਾ ਆ, ਬਹੁਤ ਕੁੱਟਿਆ ਮਾਰਿਆ, ਕੋਈ ਪੁਲਿਸ ਵੀ ਨਹੀਂ ਸੁਣਾਈ ਕਰਦੀ ਜੀ। ਇੱਦਾਂ ਹੀ ਗੱਲਬਾਤ ਹੈ, ਇਹਨਾਂ ਦੇ ਕੋਲ ਜਾਂਦੇ ਜਾਂਦੇ ਰੋਜ਼ ਜਾਣਾ, ਪੈਰ ਵੀ ਘੱਸ ਗਿਆ ਉੱਦਣ ਦੇ ਜੀ, ਕੋਈ ਪੁੱਛ ਪ੍ਰੀਤ ਨਹੀਂ ਕਰਦੇ ਕੁਰਦੇ ਜੀ। ਇਹ ਗੱਲ ਆ ਜੀ। ਕਿੰਨੀਆਂ ਬੱਕਰੀਆਂ ਸੀਗੀਆਂ ਤੁਹਾਡੇ ਕੋਲ? ਬੱਕਰੀਆਂ ਜੀ 30 ਬੱਕਰੀਆਂ ਹੈ ਜੀ ਆਪਣੇ ਕੋਲ, 30 ਬੱਕਰੀਆਂ ਆਪਣੇ ਕੋਲ, ਅਤੇ ਇਹਨਾਂ ਦੇ ਸਿਰ 'ਤੇ ਗੁਜ਼ਾਰ ਚੱਲਦਾ ਜੀ। ਹੁਣ ਤਾਂ ਕੋਈ ਗੁਜ਼ਾਰ ਵੀ ਹੈ ਨਹੀਂ ਗਾ ਜੀ, ਹੁਣ ਤਾਂ ਬਸ ਜੇ ਕੋਈ ਦੇ ਜੂ ਤਾਂ ਖਾ ਲੈਣਾ, ਨਹੀਂ ਤਾਂ ਭੁੱਖੇ ਬੈਠਣ ਵਾਲਾ ਹੀ ਕੰਮ ਆ ਜੀ, ਹੁਣ ਤਾਂ ਕੁਛ ਵੀ ਹੈ ਨਹੀਂ ਗਾ ਕੋਲ। ਕਿੰਨੇ ਬੰਦੇ ਆਉਂਦੇ ਆ ਜੀ ਤੁਹਾਡੇ ਕੋਲ, ਅਤੇ ਸਭ ਤੋਂ ਪਹਿਲਾਂ ਆ ਕੇ ਤੁਹਾਨੂੰ ਕੀ ਕਹਿੰਦੇ ਆ? ਆਣ ਕੇ ਤਾਂ ਜੀ ਬੁਲਾਇਆ ਹੀ ਆ, ਬਈ ਕੀ ਹਾਲ ਚਾਲ ਭਾਈ ਆ। ਮੈਂ ਕਿਹਾ ਜੀ ਠੀਕ ਆ ਭਾਈ, ਇੰਨੀ ਕੁ ਗੱਲ ਹੋਈ ਆ, ਕੁੱਟ ਮਾਰ ਕੇ ਜੀ ਕੁੱਟੀ ਗਿਆ, ਕੁੱਟ ਕੁੱਟ ਗਿਆ ਤਾਂ ਨੜਿਆ 'ਚ ਸੱਟ ਗਿਆ, ਲੱਤਾਂ ਬਾਹਾਂ ਬੰਨੀਆਂ, ਅੱਖਾਂ ਬੰਨ ਕੇ, ਮੂੰਹ ਬੰਨਿਆ, ਅਤੇ ਬੰਨ ਬੁੰਨ ਕੇ ਜੀ ਕੁੱਟ ਮਾਰ ਕੇ ਚਲ ਗਿਆ ਜੀ, ਅੱਖਾਂ ਉੱਖਾਂ ਬੰਨ ਕੇ ਬੜਾ ਕੁੱਟਿਆ ਮਾਰਿਆ, ਬਾਹਰ ਗੱਲਾਂ ਜੀ ਇੱਦਾਂ ਕੀਤਾ ਮੈਨੂੰ ਜੀ। ਕਿੰਨੇ ਕੁ ਵਜੇ ਦੀ ਗੱਲ ਹੈ ਜੀ ਇਹ ਸਾਰੀ? 4 ਵਜੇ ਜੀ ਜਾਂਦੇ ਜਾਂਦੇ 4 ਵਜੇ ਜੀ ਆਹ ਗੱਲ ਆ ਜੀ। ਥਾਣੇ ਐੱਫ ਆਈ ਆਰ ਲਿਖਵਾਈ ਗਏ ਸੀ ਥਾਣੇ ਤੁਸੀਂ? ਪੁਲਿਸ ਪ੍ਰਸ਼ਾਸਨ ਨਹੀਂ ਸੁਣਦੇ ਸੁਣਦੇ ਜੀ, ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਹੈ ਜੀ। ਉਹਨਾਂ ਦੇ ਕੋਲ 5-6 ਵਾਰੀ ਆਇਆ ਹੈ, ਰੋਜ਼ ਜਾਂਦੇ ਹਾਂ, ਕੋਈ ਸੁਣਾਈ ਨਹੀਂ ਹੁੰਦੀ ਜੀ। ਪਿੰਡ ਜੀ ਸਾਡਾ, ਤੁਹਾਡਾ ਕੋਈ ਬੈਂਕ ਅਕਾਊਂਟ ਜਾਂ ਸੰਪਰਕ ਨੰਬਰ ਹੈਗਾ? ਨਹੀਂ ਜੀ ਹਾਲੇ ਨਹੀਂ ਬੈਂਕ ਨੰਬਰ ਹੈਗਾ ਸਾਡੇ ਕੋਲ ਕੋਈ ਵੀ ਅਕਾਊਂਟ ਜੀ, ਅਕਾਊਂਟ ਖੁਲਾ ਲੈਣੇ ਜੀ। ਬਲਵੀਰ ਜੀ, ਜੇ ਕੋਈ ਦਾਨੀ ਸੱਜਣ ਨੇ ਵੀਡੀਓ ਦੇਖੇ ਤਾਂ ਕੀ ਮੰਗ ਕਰਦੇ ਆ ਤੁਸੀਂ? ਉਹਨਾਂ ਤੋਂ ਜੀ ਸਾਡੀ ਸਹਾਇਤਾ ਹੀ ਕੀਤੀ ਜਾਵੇ, ਸਾਡੇ ਬਸ ਇਹੀ ਇੱਕ ਸਾਧਨ ਸੀ ਤੁਹਾਡਾ ਕਮਾਉਣ ਦਾ, ਹੋਰ ਜੀ ਕਿਸੇ ਪਾਸੇ ਦਾ ਗੁਜ਼ਾਰ ਨਹੀਂ ਹੈਗਾ ਜੀ, ਕੋਈ ਗੁਜ਼ਾਰ ਨਹੀਂ। ਮੰਗ ਕੀ ਕਰਦੇ ਹੋ ਤੁਸੀਂ? ਮੰਗ ਕੀ ਕਰਨੀ ਜੀ, ਉਹਨਾਂ ਨੂੰ ਪਤਾ ਉਹ ਸਾਡੀ ਜੋ ਵੀ ਹੈਗੀ ਸਹਾਇਤਾ ਕਰਨੀ ਚਾਹੀਦੀ। ਦੋਸਤੋ, ਇਹ ਸੀ ਬਲਵੀਰ ਸਿੰਘ ਬੀਰੂ, ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਾਈ ਹੈ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ
ਚੋਰਾਂ ਨੂੰ ਸ਼ਰਮ ਆ। ਜੇ ਵੀਡੀਓ ਕਿਸੇ ਦਾਨੀ ਸੱਜਣ ਤੱਕ ਪਹੁੰਚੇ ਤਾਂ ਅਸੀਂ ਵੀਰੂ ਦਾ ਤੁਹਾਨੂੰ ਇੱਕ ਅਕਾਊਂਟ ਨੰਬਰ ਵੀ ਪ੍ਰੋਵਾਈਡ ਕਰ ਦਾਂਗੇ। ਵੀਰੂ ਕੋਲ ਬੈਂਕ ਅਕਾਊਂਟ ਤਾਂ ਹੈ ਨੀਗਾ, ਬਟ ਇੱਕ ਡਾਕਖਾਨੇ ਦਾ ਖਾਤਾ ਜ਼ਰੂਰ ਹੈਗਾ ਆ। ਧੰਨਵਾਦ ਜੀ, ਮਿਲਦੇ ਜੀ ਕਿਸੇ ਹੋਰ ਵੀਡੀਓ ਦੇ ਵਿੱਚ, ਤਦ ਤੱਕ ਲਈ ਰੱਬ ਰੱਖਾ।